ਮੈਂ ਹਮੇਸ਼ਾ ਮੰਮੀ ਨੂੰ ਕਹਿੰਦੀ ਸੀ ਮੰਮੀ ਮੇਰਾ ਨਾਮ ਮਨਨ ਨੱਥ ਰੱਖ ਦੋ ਮੰਮੀ ਕਹਿੰਦੀ ਚਪੇੜਾ ਖਾਏਂਗੀ ਤੇਰੇ ਦਾਦੇ ਨੇ ਤੇਰਾ ਨਾਮ ਰੱਖਿਆ ਉਹਨਾਂ ਨੇ ਫਿਰ ਮੈਨੂੰ ਗਾਣਾ ਦਿੱਤਾ ਮੈਂ ਕਿਹਦਾ ਕਿਹਦਾ ਮਾਨ ਰੱਖ ਲਾਂ ਮੈਂ ਕੱਲੀ ਤੇ ਮੁਲਾਜੇਦਾਰ ਵਾਲੇ ਅੱਜ ਚੱਚਲਾ ਕਾਹ ਵੇ ਤੂੰ ਚੱਕਰ ਚਲਾਣ ਤੋਂ ਐ ਕਿ ਦੱਸ ਲੈਣਾ ਮੇਰੇ ਕਿਤੇ ਆਉਣ ਜਾਣ ਤੋਂ ਸਾਡੇ ਫਿਗਰ ਅ ਮਤਲਬ ਖਾਨਦਾਨ ਚ ਕੋਈ ਇਸ ਫੀਲਡ ਚ ਆਇਆ ਨਹੀਂ ਸੀ ਔਰ ਇਹਦੇ ਬਾਰੇ ਗਲਤ ਗਲਤ ਹੀ ਵਿਚਾਰ ਸਾਰਿਆਂ ਦੇ ਮਨ ਚ ਸੀ ਕਿ ਇਹ ਫੀਲਡ ਸਹੀ ਨਹੀਂ ਹੈਗਾ ਇਸ ਫੀਲਡ ਚ ਕੁੜੀਆਂ ਨੂੰ ਗਲਤ ਯੂਜ਼ ਕੀਤਾ ਜਾਂਦਾ ਮੇ ਮਮੀ ਡੈਡੀ ਨੂੰ ਇਹ ਲੱਗਦਾ ਸੀ ਕਿ ਇਹ ਕਿਹੜੇ ਕੰਮਾਂ ਚ ਪੈ ਗਈ ਹੈ ਨਾ ਕਿਸੇ ਨੇ ਵਿਆਹ ਨਹੀਂ ਕਰਾਉਣਾ ਇਹਦਾ ਰਿਸ਼ਤੇ ਨਹੀਂ ਮਿਲਨੇ ਇੱਕ ਮੁੰਡਾ ਸਕੂਟਰ ਤੇ ਆ ਗਿਆ ਤੇ ਉਹ ਮੈਨੂੰ ਇਨੇ ਗੰਦੇ ਕਮੈਂਟ ਪਾਸ ਕਰੇ ਉਹਨੂੰ ਲੱਗਦਾ ਮੈਨੂੰ ਪਤਾ ਨਹੀਂ ਕਿੱਦਾਂ ਦੀ ਕੌਣ ਹੈਗੀਆਂ ਕਿੱਥੋਂ ਕੀ ਕਰਕੇ ਆਈਆਂ ਮਤਲਬ ਉਹਨੇ ਬੜਾ ਗੰਦੇ ਤਰੀਕੇ ਨਾਲ ਮੈਨੂੰ ਕਮੈਂਟ ਪਾਸ ਕਰਨੀ ਸੀ ਉਹ ਮੁੰਡਾ ਐਸਾ ਘਟਿਆ ਮੈਂ ਅੱਗੇ ਉੱਚੇ ਪੁੱਲ ਤੇ ਜਦੋਂ ਥੋੜਾ ਅੱਗੇ ਗਈ ਰੇਲਵੇ ਸਟੇਸ਼ਨ ਦੇ ਕੋਲ ਤੇ ਉਹਨੇ ਮੈਨੂੰ ਇਹਦਾ ਇਹਦਾ ਹੱਥ ਫੜਿਆ ਤੇ ਮੈਂ ਕਾਹੀ ਉਹਨੇ ਇਹ ਕਰ ਗਏ ਤੇ ਘਰ ਦੇ ਨੇ ਕਹਿੰਦਾ ਲਓ ਹੁਣ ਪੁਲਿਸ ਵੀ ਛੱਡਣ ਆ ਗਈ ਕੁੜੀ ਨੂੰ ਹੈ ਪਹਿਲਾਂ ਤਾਂ ਮੁੰਡਾ ਹੀ ਛੱਡਣਾ ਆਉਂਦੇ ਸੀ ਹੁਣ ਪੁਲਿਸ ਵੀ ਛੱਡਣ ਆ ਗਈ ਆ ਸਭ ਤੋਂ ਪਹਿਲਾਂ ਤਾਂ ਬੌਲੀ ਹੌਲੀ ਬਾਬਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਤੇ ਇਹਦੇ ਇਸ ਚੈਨਲ ਨੂੰ ਪਿਆਰ ਦਿੰਦੇ ਰਹੋ ਦੇਖੋ ਮੇਰਾ ਇੰਟਰਵਿਊ ਕਰਨ ਆਇਆ ਇਸ ਸੁਖੀ ਪਵਾਰ ਤੋਂ ਮੰਨਤ ਸਿੰਘ ਕਿਉਂ ਬੰਨਾ ਪਿਆ ਨੇ ਉਹ ਬੰਨਣਾ ਨਹੀਂ ਪਿਆ ਮੈਨੂੰ ਨੇ ਸ਼ੁਰੂ ਤੋਂ ਨਾ ਮੰਨਤ ਨਾਮ ਬੜਾਈ ਜਿਆਦਾ ਅਟਰੈਕਟ ਕਰਦਾ ਸੀ ਨਹੀਂ ਇਦਾਂ ਨਹੀਂ ਉਹ ਸੁਖੀ ਸੁਖੀ ਨਾਮ ਜਿਦਾ ਇੱਕ ਬੋਲ ਚੱਲਦਾ ਨਾਮ ਸੀਗਾ ਤੇ ਉਹ تھیਟਰ ਚ ਵੀ ਸੁਖੀ ਸੁਖੀ ਤੇ ਤੁਹਾਡੀ ਪਿੱਛੇ ਕੀ ਲੱਗਦਾ ਤੁਹਾਡਾ ਬੋਧ ਕੀ ਇੱਕ ਪਵਾਰ ਚਲੋ ਸੁਖੀ ਪਵਾਰ ਹੋ ਗਿਆ ਲੇਕਿਨ ਜਦੋਂ ਮੈਂ ਬੰਬੇ ਗਈ ਤੇ ਮੈਨੂੰ ਲੱਗਾ ਹੁਣ ਤੇ ਮੈਂ ਆਪਣੀ wish ਪੂਰੀ ਕਰ ਲਾਂ ਜੋ ਮੰਨਤ ਰੱਖ ਲੈਣੀ ਆ ਫੇ ਮੈਂ ਮੰਨਤ ਨਾਮ ਰੱਖ ਲਿਆ ਤੇ ਫਿਰ ਉਹ ਲੋਕੀ ਕਹਿੰ ਲੈ ਪਿਆਰੀ ਹੋ ਮੁਸਲਮਣ ਤੇ ਮੈਨੂੰ ਲੱਗਾ ਨਹੀਂ ਯਾਰ ਹਮੇ ਸਰਦਾਰਾਂ ਦੀ ਕੋਰੀ ਦੇ ਮੇਰੇ ਮੁਸਲਿਮ ਖਈ ਜਾਂਦੇ ਆ ਫਿਰ ਪਿੱਛੇ ਸਿੰਘ ਲਾਣਾ ਪੈ ਗਿਆ ਤੇ ਵੈਸੇ ਮੈਨੂੰ ਮੰਨਤ ਨਾਮ ਬਹੁਤ ਪਸੰਦ ਸੀ ਸ਼ੁਰੂ ਤੋਂ ਤਾਂ ਕਰਕੇ ਚੇਂਜ ਕੀਤਾ ਅਗਰ ਅਸੀਂ ਦੇਖਦੇ ਆਏ ਹਾਂ ਸ਼ੁਰੂ ਤੋਂ ਕਿ ਤੁਸੀਂ ਜਿਹੜੀ ਸਟਾਰਟਿੰਗ ਆਪਣੀ ਹੈ ਆਪਣੀ ਮੋਡਲਿੰਗ ਤੋਂ ਸ਼ੁਰੂ ਕੀਤੀ ਸੀ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਦੱਸੋ ਕਿ ਕਿਹੜਾ ਗਾਣਾ ਸੀ ਤੁਹਾਡਾ ਪਹਿਲਾ ਜਿਹੜਾ ਜਿਹਦੇ ਵਿੱਚ ਤੁਸੀਂ ਮੋਡਲਿੰਗ ਦਾ ਦੌਰ ਜਿਹੜਾ ਹੈਗਾ ਤੁਹਾਡਾ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਦਾ ਚੱਲਿਆ ਸਭ ਤੋਂ ਪਹਿਲਾ ਗਾਣਾ ਜਿਹੜਾ ਮੈਨੂੰ ਸਭ ਤੋਂ ਪਹਿਲਾ ਆਫਰ ਹੋਇਆ ਸੀ ਉਹ ਗੁਰਪ੍ਰੀਤ ਖੁੱਗੀ ਜੀ ਨੇ ਦਿੱਤਾ ਸੀ ਮਾਂ ਮੈਂ ਸਾਰੇ ਜਾਇਆਂ ਦੇਵੀ ਮਖਸੂਸ ਪੁਰੀ ਜੀ ਦਾ ਗਾਣਾ ਸੀਗਾ ਉਹ ਗਾਣੇ ਤੋਂ ਮੇਰੀ ਸ਼ੁਰੂਆਤ ਹੋਈ ਸੀ ਪਰ ਉਹ ਗਾਣਾ ਦੇਖ ਕੇ ਮੈਨੂੰ ਰਿੰਪੀ ਪ੍ਰਿੰਸ ਉਹਦਾ ਬਹੁਤ ਫੇਮਸ ਡਾਇਰੈਕਟਰ ਹੁੰਦੇ ਸੀ ਉਹਨਾਂ ਨੇ ਫਿਰ ਮੈਨੂੰ ਗਾਣਾ ਦਿੱਤਾ ਮੈਂ ਕੀਦਾ ਕੀਦਾ ਮਾਨ ਰੱਖ ਲਾ ਮੈਂ ਕੱਲੀ ਤੇ ਮੁਲਾਜੇਦਾਰ ਵਾਲੇ ਉਹ ਵਾਲਾ ਗਾਣਾ ਫਿਰ ਮੈਂ ਕੀਤਾ ਉਹ ਗਾਣਾ ਬਹੁਤ ਸੁਪਰ ਡੂਪਰ ਹਿੱਟ ਹੋਇਆ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਬਹੁਤ سارے ਗਾਣੇ ਕੀਤੇ ਮੈਨੂੰ ਤਾਂ ਯਾਦ ਵੀ ਨਹੀਂ ਮੈਂ ਕਿੰਨੇ ਗਾਣੇ ਕੀਤੇ ਹੋਏ ਤੇ ਕੀ ਕਾਰਨ ਬਣ ਗਿਆ ਕਿ ਅਸੀਂ ਮੋਡਲਿੰਗ ਤੋਂ ਸਿੰਗਿੰਗ ਵੱਲ ਵੀ ਜਿਹੜਾ ਅਸੀਂ ਮੋੜ ਕੱਟ ਲਿਆ ਜਿਸ ਟਾਈਮ ਤੇ ਤੁਸੀਂ ਮੋਡਲਿੰਗ ਕਰਦੇ ਸੀ ਹਜੇ ਤੱਕ ਉਹ ਮਾਡਲ ਜਿਹੜੀ ਹੈਗੀਆਂ ਜੇ ਵੀ ਗਾਣਿਆਂ ਦੇ ਵਿੱਚ ਕੰਮ ਕਰ ਰਹੀਆਂ ਹਾਂ ਹਾਂਜੀ ਉਹ ਕੀ ਗਾਣਾ ਕੀ ਜੋ ਮੈਂ ਗਾਣੇ ਕੀਤੇ ਨਾ ਸਾਰੇ ਮੈਂ ਗਾਣੇ ਸਿੰਕ ਵਾਲੇ ਕੀਤੇ ਸੀ ਇਦਾਂ ਨਹੀਂ ਮੈਂ ਖੜੀ ਆ ਤੇ ਰੋ ਰਹੀ ਆ ਇਦਾਂ ਦਾ ਕੋਈ ਗਾਣਾ ਨਹੀਂ ਕੀਤਾ ਮੈਂ ਸਾਰੇ ਸਿੰਕ ਵਾਲੇ ਗਾਣੇ ਕੀਤੇ ਸੀ ਤੇ ਲੋਕਾਂ ਨੂੰ ਲੱਗਦਾ ਹੁੰਦਾ ਸੀ ਇਹੀ ਗਾਉਂਦੀ ਆ ਕਿਉਂਕਿ ਰੱਬ ਵੱਲੋਂ ਉਹ ਨਾ ਸਿੰਕ ਬਹੁਤ ਪਰਫੈਕਟ ਹੋ ਜਾਂਦਾ ਸੀ ਮੇਰੇ ਕੋਲ ਤੇ ਲੋਕਾਂ ਨੂੰ ਲੱਗਦਾ ਸੀ ਮੈਂ ਹੀ ਗਾ ਰਹੀ ਆ ਤੇ ਉਹਨਾਂ ਨੂੰ ਲੱਗਦਾ ਸੀ ਤੂੰ ਸਿੰਗਰ ਵੀ ਹੋ ਤੈਨੂੰ ਲੱਗਾ ਕਿ ਨਹੀਂ ਯਾਰ ਜੇ ਮੈਂ ਗਾਣਾ ਸ਼ੁਰੂ ਕਰਦਾ ਤੇ ਜਿਆਦਾ ਵਧੀਆ ਨਹੀਂ ਕਿ ਲੋਕੀ ਮੈਨੂੰ ਐਜ਼ ਅ ਸਿੰਗਰ ਵੀ ਕਰਨ ਫੇਰ ਮੈਂ ਥੋੜਾ ਥੋੜਾ ਸਿੱਖਣਾ ਵੀ ਸ਼ੁਰੂ ਕਿਉਂਕਿ ਉਹਨਾਂ ਨੇ ਸੀ ਉਦਪ ਗਿੱਧਾ ਵਗੈਰਾ ਪਾਲੀਦਾ ਸੀ ਅ ਥੋੜੇ ਬਹੁਤੇ ਲੋਕ ਗੀਤ ਵੀ ਗਾ ਲਈਦੇ ਸੀ ਪਰ ਸਾਰੇ ਗਾਮਾ ਨਹੀਂ ਸੀ ਆਉਂਦੇ ਫਿਰ ਮੈਂ ਬਾਬਾ ਜੀ ਸੀ ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਬਾਬਾ ਜੀ ਬਾਬਾ ਜੀਵਨ ਸਿੰਘ ਜੀ ਮੈਂ ਉਹਨਾਂ ਨੂੰ ਕਿਹਾ ਮੈਨੂੰ ਥੋੜਾ ਸਿਖਾਓ ਤੇ ਉਹ ਕਹਿੰਦੇ ਚੱਲ ਮੈਂ ਸਿਖਾ ਦਿੰਦਾ ਫਿਰ ਮੈਂ ਉਹਨਾਂ ਦੇ ਨਾਲ ਉਹਨਾਂ ਕੋਲੋਂ ਸਿੱਖਿਆ ਜ਼ਿਆਦਾਤਰ ਲੋਕੀ ਜਿਹੜੇ ਹੈਗੇ ਆ ਉਹ ਤੁਹਾਨੂੰ ਐਜ਼ ਅ ਮਾਡਲ ਹੀ ਵੇਖਿਆ ਜ਼ਿਆਦਾ ਔਰ ਮੈਂ ਚਾਹਾਂਗਾ ਕਿ ਢੋਲ ਲੈਣਾ ਜਿਹੜੀਆਂ ਦਸਿਕਾ ਨੂੰ ਨਾ ਤੁਸੀਂ ਗਾ ਕੇ ਵੀ ਦੱਸੋ ਕਿ ਹਾਂ ਬਈ ਮੰਨਤ ਵਾਕਈ ਹੀ ਸਿੰਗਰ ਹੈ ਔਰ ਸਿੰਗਰ ਬਣ ਕੇ ਜਿਹੜਾ ਹੈਗਾ ਉਹ ਬੰਬੇ ਦੇ ਵਿੱਚ ਬੈਠੀ ਹੈ ਹਾਂਜੀ ਤੇ ਮੈਂ ਉਹ ਗਾਣਾ ਮੇਰਾ ਜਿਹੜਾ ਬੜਾ ਹਿੱਟ ਹੋਇਆ ਸੀਗਾ ਮੈਂ ਗਾਣਾ ਗਾਇਆ ਸੀ ਉਹ ਵੀ ਇਦਾਂ ਹੀ ਅਚਾਨਕ ਜੇ ਗਾਤਾ ਸੀਗਾ ਉਹ ਗਾਣਾ ਭਾਬੀ ਮੇਰਾ ਨਾਮ ਵਿਸਕੀ ਗਾਇਆ ਸੀ ਗਾਣਾ ਬਹੁਤ ਹਿੱਟ ਹੋਇਆ ਤੇ ਉਹ ਮੈਂ ਦੋ ਲੰਨਾ ਗਾ ਦਿੰਨੀ ਆ ਭਾਬੀ ਮੇਰਾ ਨਾਮ ਵਿਸਕੀ ਮੁੰਢ ਹਣ ਦੇ ਪਕਾਈ ਫਿਰਤੇ ਤਾ ਵੀ ਮੇਰਾ ਨਾਮ ਵਿਸਕੀ ਮੁੰਢਹਾਨ ਦੇ ਪਕਾਈ ਫਿਰਦੇ ਉੱਤੇ ਮੇਰਾ ਨਾਂ ਲਿਖ ਕੇ ਉੱਤੇ ਮੇਰਾ ਨਾਂ ਲਿਖ ਕੇ ਮੈਨੂੰ ਬੋਤਲਾਂ ਚ ਪਾਈ ਫਿਰਦੇ ਭਾਬੀ ਮੇਰਾ ਨਾਮ ਵਿਸਕੀ ਮੁੰਢਹਾਨ ਦੇ ਪਕਾਈ ਫਿਰਦੇ ਅਹ ਮਨਜੀ ਬਹੁਤ ਵਧੀਆ ਔਰ ਬਹੁਤ ਸੁਰੀਲੀ ਆਵਾਜ਼ ਹੈ ਤੁਹਾਡੀ ਔਰ ਖਾਸ ਕਰਕੇ ਅਪਾ ਗੱਲ ਕਰਾਂਗੇ ਪਰਵਾਰ ਦੀ ਕਿਸ ਤਰ੍ਹਾਂ ਦੀ ਪ੍ਰਤੀ ਕਿਹਾ ਸੀ ਉਸ ਵੇਲੇ ਪਰਵਾਰ ਦੀ ਪ੍ਰਤੀਕਿਰਿਆ ਦੰਦੀ ਸੀ ਕਿਉਂਕਿ ਸਾਡੇ ਮਤਲਬ ਖਾਨਦਾਨ ਚ ਕੋਈ ਇਸ ਫੀਲਡ ਚ ਆਇਆ ਨਹੀਂ ਸੀ ਔਰ ਇਹਦੇ ਬਾਰੇ ਗਲਤ ਗਲਤ ਹੀ ਵਿਚਾਰ ਸਾਰਿਆਂ ਦੇ ਮਨ ਚ ਸੀ ਕਿ ਇਹ ਫੀਲਡ ਸਹੀ ਨਹੀਂ ਹੈਗਾ ਇਸ ਫੀਲਡ ਚ ਕੁੜੀਆਂ ਨੂੰ ਗਲਤ ਯੂਜ਼ ਕੀਤਾ ਜਾਂਦਾ ਜਾਂ ਇਹ ਕੁੜੀਆਂ ਲਈ ਚੰਗਾ ਫੀਲਡ ਨਹੀਂ ਹੈਗਾ ਤਾਂ ਉਹ ਜਦੋਂ ਮੈਂ ਫੀਲਡ ਦੇ ਵਿੱਚ ਆਈ ਤੇ ਮੈਨੂੰ ਲੱਗਾ ਮੈਂ ਜੋ ਮਹਿਸੂਸ ਕੀਤਾ ਕਿ ਇਹ ਤਾਂ ਫੀਲਡ ਹੀ ਬਹੁਤ ਚੰਗਾ ਆ ਇੱਕ ਆਮ ਲਾਈਫ ਦੇ ਵਿੱਚ ਵੀ ਜੇ ਦੇਖਿਆ ਜਾਵੇ ਤੁਸੀਂ ਤੁਸੀਂ ਕਿਸੇ ਆਫਿਸ ਚ ਵੀ ਕੰਮ ਕਰਦੇ ਹੋ ਜਾਂ ਤੁਸੀਂ ਕੰਪਨੀ ਚ ਵੀ ਕੰਮ ਕਰਦੇ ਹੋ ਉੱਥੇ ਵੀ ਛੱਡਣਾ ਇਹੋ ਜਿਹੀ ਚੀਜ਼ਾਂ ਹੋ ਜਾਣੀਆਂ ਬਟ ਇਹ ਐਸਾ ਫੀਲਡ ਹੈ ਕਿ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪੈਣਾ ਤੁਸੀਂ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਕੋਈ ਕਹਿ ਸਕਦਾ ਤੁਹਾਡੀ ਆਪਣੀ ਇੱਛਾ ਹੈ ਕਿ ਤੁਸੀਂ ਕੀ ਕਰਨਾ ਹੈ ਜੇ ਤੁਹਾਨੂੰ ਕੋਈ ਗਲਤ ਵੀ ਕਰਦਾ ਤੇ ਤੁਸੀਂ ਮਨਾਂ ਕਰ ਦਿਓ ਮਮਮੀ ਡੈਡੀ ਨੂੰ ਇਹ ਲੱਗਦਾ ਸੀ ਕਿ ਇਹ ਕਿਹੜੇ ਕੰਮਾਂ 'ਚ ਪੈ ਗਈ ਹੈ ਨਾ ਕਿਸੇ ਨੇ ਵਿਆਹ ਨਹੀਂ ਕਰਾਉਣਾ ਇਹਦਾ ਰਿਸ਼ਤੇ ਨਹੀਂ ਮਿਲਨੇ ਮਮਮੀ ਡੈਡੀ ਨੂੰ ਉਹੀ ਫਿਕਰ ਪਿਆ ਰਹਿੰਦਾ ਸੀ ਬਹੁਤ ਜੁੱਤੀਆਂ ਖਾਧੀਆਂ ਮੈਂ ਥੀਏਟਰ ਦੇ ਦੌਰਾਨ ਨਹੀਂ ਜੁੱਤੀਆਂ ਖਾਧੀਆਂ ਮੈਨੂੰ ਲੱਗਾ ਮੁੰਡਾ ਨਾ ਨਹੀਂ ਖਾਧੇ ਹੋਣੀਆਂ ਔਰ ਉਪਰੋਂ ਇਹ ਸਾਰੇ ਰਾਜੀਵ ਠਾਕੁਰ ਰਜੀਵ ਟਿੰਗਰਾ ਇਹ ਸਾਰੇ ਕਾਫੀ ਸਾਰੇ ਮੁੰਡੇ ਹੀ ਸਾਰੇ ਹੁੰਦੇ ਸੀ ਜਿਹੜੇ ਮੈਨੂੰ ਘਰ ਛੱਡ ਕੇ ਹੁੰਦੇ ਸੀ ਰਾਤ ਨੂੰ ਜਦੋਂ ਪਲੇ ਕਰਕੇ ਆਉਣਾ ਤੇ ਲੋਕਾਂ ਨੇ ਮੰਮੀ ਨੇ ਮੰਮੀ ਉਹਨਾਂ ਨੇ ਕਿਹਾ ਸਾਨੂੰ ਲੋਕੀ ਕਹਿੰਦੇ ਕੁੜੀ ਰਾਤ ਨੂੰ ਲੇਟ ਆਉਂਦੀ ਹੈ ਤੁਹਾਡੀ ਹੈ ਸਾਨੂੰ ਤੂੰ ਬਿਸ਼ਰਮ ਬਿਸ਼ਰਮੀ ਫੜੀ ਹੋਈ ਆ ਸਾਡਾ ਇਹ ਕਰ ਦੇਗੀ ਸਾਡਾ ਨੱਕ ਕਟਿਆ ਗਿਆ ਪਤਾ ਨਹੀਂ ਕੀ ਕੋਈ ਸੁਣਿਆ ਬਟ ਮੈਨੂੰ ਕਿਉਂਕਿ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਤੇ ਮੈਨੂੰ ਵਾਸੀ ਮੈਂ ਦਿਲੋਂ ਠੀਕ ਆ ਮੈਂ ਵਧੀਆ ਕੰਮ ਕਰ ਰਹੀ ਆ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਮੈਂ ਕਹਿੰਦੀ ਤੁਸੀਂ ਜੋ ਕਹਿਣਾ ਕਰ ਲੋ ਬਟ ਇਹ ਕੰਮ ਨਹੀਂ ਛੱਡਣਾ ਹੈਗਾ ਤੁਸੀਂ ਤੁਹਾਡਾ ਦਿਲ ਕਰਦਾ ਕਿ ਮੈਨੂੰ ਕੁੱਟਨਾ ਮੈਨੂੰ ਕੁੱਟ ਲੋ ਕੋਈ ਗੱਲ ਨਹੀਂ ਬਟ ਮੈਂ ਹਟਣਾ ਨਹੀਂ ਉਹ ਡੈਡੀ ਮੇਰੇ ਅੱਜ ਵੀ ਕਹਿੰਦੇ ਹੁੰਦੇ ਕਹਿੰਦੇ ਜਿਹੜੀ ਡੈਡੀ ਜਿਹਨ ਤੁਹਾਨੂੰ ਦਿਖਾਈ ਸੀ ਨਾ ਜੇ ਕੋਈ ਹਰ ਕੋਈ ਦਿਖਾਵੇ ਤਾਂ ਕੁਛ ਨਾ ਕੁਛ ਬਣ ਜਾਵੇ ਤੇ ਡੈਡੀ ਹੁਣਾਂ ਦੀ ਪ੍ਰਤੀਕਿਰਿਆ ਚੰਗੀ ਨਹੀਂ ਸੀ ਉਸ ਟਾਈਮ ਦੇ ਪਰ ਹੁਣ ਠੀਕ ਹੈ ਉਹਨਾਂ ਨੂੰ ਸਮਝ ਲੱਗ ਗਈ ਸਾਰੀ ਆਪਾਂ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਹੁਣ ਇਸ ਟਾਈਮ ਤੇ ਮੈਂ ਮੇਰੇ ਘਰ ਵਾਲਾ ਮੇਰਾ ਹਸਬੰਦ ਹੈ ਮੇਰੇ ਨਾਲ ਉਹ ਵੀ ਐਕਟਰ ਨੇ ਵੀ ਟੀਵੀ ਇੰਡਸਟਰੀ 'ਚ ਕੰਮ ਕਰਦੇ ਨੇ ਐਕਟਰ ਨੇ ਉਹ ਦક્ષਜਜੀਤ ਸਿੰਘ ਤੇ ਆਪਾਂ ਹੁਣ ਉੱਥੇ ਇਕੱਠੇ ਆ ਤੇ ਹੁਣ ਲਾਕਡਾਊਨ ਦੇ ਵਿੱਚ ਮੈਥੇ ਸ਼ੂਟ ਕਰਨਾ ਹੀ ਹੋਈ ਸੀ ਮੈਂ ਲਾਕਡਾਊਨ 'ਚ ਫਸ ਗਈ ਉਹ ਬੰਬੇ ਆ ਮੈਂ ਇੱਥੇ ਆ ਹਾਂਜੀ ਤੇ ਅੱਗੋਂ ਹੁਣ ਮੈਂ ਕੋਈ ਜਿੰਨਾ ਤੁਹਾਡਾ ਸਫਰ ਚੱਲਿਆ ਉਹਦੇ ਵਿੱਚ ਕੋਈ ਕਹਿੰਦੇ ਕਿ ਕੋਈ ਕੋੜੀ ਕੋਈ ਮਿੱਠੀ ਕੋਈ ਯਾਦ ਕੋਈ ਇਸ ਤਰ੍ਹਾਂ ਦੀ ਕਿ ਜਿਹੜੀ ਵਾਕਈ ਭੁੱਲਣ ਯੋਗ ਨਾ ਹੋਵੇ ਜਾਂ ਦਸ਼ਕਾਂ ਨਾਲ ਮੈਂ ਚਾਹਨਾ ਕਿ ਅਗਰ ਤੁਸੀਂ ਸਾਂਝੀ ਕਰੋ ਤੇ ਕੋੜੀ ਮੈਂ ਇੱਕ ਹੀ ਇੱਕ ਗੱਲ ਚਾਹੁੰਦੀ ਕਿ ਮੈਨੂੰ ਅੱਜ ਵੀ ਯਾਦ ਹੈਗੀ ਆ ਮੈਂ ਜਦੋਂ ਨਵੀਂ-ਨਵੀਂ ਗਾਣੇ ਕਰਨ ਲੱਗੀ ਸੀਗੀ ਤੇ ਉਦੋਂ ਮੈਂ ਰਾਤ ਨੂੰ ਸ਼ੂਟ ਕਰਕੇ ਵਾਪਸ ਆਈ ਤੇ ਮੈਂ ਚੰਡੀਗੜ੍ਹ ਸ਼ੂਟ ਕਰ ਰਹੀ ਸੀ ਤੇ ਵਾਪਸ ਆਉਂਦਾ ਮੇਰੀ ਬੱਸ ਨਿਕਲ ਗਈ 9 ਵਜੇ ਵਾਲੀ ਬੱਸ ਨਿਕਲ ਗਈ ਮੈਨੂੰ ਉੱਥੇ 2 ਘੰਟੇ ਇੰਤਜ਼ਾਰ ਕਰਨਾ ਪਿਆ ਤੇ ਮੈਨੂੰ 11 ਵਜੇ ਵਾਲੀ ਬੱਸ ਮਿਲੀ ਤੇ ਮੈਂ ਇਹ ਗੱਲ ਕਦੀ ਸ਼ੇਅਰ ਨਹੀਂ ਕੀਤੀ ਕਿਸੇ ਨਾਲ ਬਟ ਮੈਨੂੰ ਲੱਗਾ ਕਿ ਕਰਨੀ ਚਾਹੀਦੀ ਕਿਉਂਕਿ ਮੈਂ ਵੀ ਖੁਸ਼ ਬਹਾਦਰੀ ਦਿਖਾਈ ਸੀ ਉਸ ਟੈਂਡ ਦੇ ਉੱਪਰ ਤੇ ਮੈਂ ਚਾਹਨੀ ਕਿ ਕੁੜੀਆਂ ਇਹਦਾ ਬਹਾਦਰ ਬਣਨ ਤੇ 11 ਵਜੇ ਉੱਥੋਂ ਚੱਲੀ ਤੇ ਸੋਚੋ ਤੁਸੀਂ ਮੈਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਤਿੰਨ ਚਾਰ ਘੰਟੇ ਚ ਪਹੁੰਚੀ 3 3 ਵਜੇ ਗਏ ਸੀਗੇ ਤੇ ਜਦੋਂ ਮੈਂ ਬਾਸਤੋ ਥੱਲੇ ਉਤਰੀ ਤਾਂ ਕੋਈ ਰਿਕਸ਼ਾ ਹੀ ਨਾ ਮਿਲੇ ਮੈਨੂੰ ਔਰ ਮੈਂ ਘਰ ਡਰਦੀ ਮੇਰੀ ਫੋਨ ਨਾ ਕਰਾਂ ਮੈਂ ਕਰ ਕਿਉਂਕਿ ਘਰ ਤੇ ਵੈਸੀ ਨਹੀਂ ਸੀ ਚਾਹੁੰਦੇ ਕਿ ਇਸ ਫੀਲਡ 'ਚ ਕੰਮ ਕਰੇ ਤੇ ਮੈਨੂੰ ਕਰੋ ਆ ਕੇ ਲੈ ਜਾ ਕੋਈ ਫਿਰ ਮੈਂ ਸੋਚੇ ਥੋੜਾ ਤੁਰ ਕੇ ਜਾਨੀ ਆ ਮੈਂ ਥੋੜਾ ਤੁਰ ਕੇ ਅੱਗੇ ਗਈ ਤੇ ਇੱਕ ਰਿਕਸ਼ੀ ਵਾਲਾ ਸੁੱਤਾ ਸੀ ਮੈਨੂੰ ਕਿ ਅੰਕਲ ਜੀ ਮੈਨੂੰ ਛੱਡ ਦਿਓ ਉੱਤੇ ਤੱਕ ਆਪਣੇ ਘਰ ਦਾ ਕਹਿੰਦਾ ਨਹੀਂ ਮੈਂ ਸੁੱਤਾ ਮੈਂ ਨਹੀਂ ਜਾਣਾ ਮੈਂ ਕਹਾਂ ਅੰਕਲ ਜੀ ਮੈਂ ਕੱਲੀਆਂ ਪਲੀਜ਼ ਮੈਨੂੰ ਛੱਡ ਦਿਓ ਤੇ ਕਹਿੰਦੇ ਇਹ ਕਹਦਾ ਮੈਂ ਮੈਂ 100 ਰੁਪਏ ਲਵਾਂਗਾ ਮੈਂ ਕਹਾਂ ਚਲੋ ਲੈ ਲਿਓ 100 ਰੁਪਏ ਤੇ ਮੈਨੂੰ ਛੱਡ ਦਿਓ ਤੇ ਮੈਂ ਬੈਠ ਗਈ ਤੇ ਥੋੜੀ ਦੇਰ ਬਾਅਦ ਨਾ ਇੱਕ ਇੱਕ ਮੁੰਡਾ ਸਕੂਟਰ ਤੇ ਆਇਆ ਉਨੇ ਪਤਾ ਨਹੀਂ ਮੈਨੂੰ ਕੀ ਸਮਝ ਲਿਆ ਕਿ ਰਾਤ ਨੂੰ ਬੱਸ ਚੰਤਰੀ ਕੌਣ ਹੈਗੀ ਆ ਕਿੱਦਾਂ ਦੀ ਹੈਗੀ ਆ ਤੇ ਕਹਿੰਦਾ ਬੇਟੇ ਵੈਸੇ ਇੱਕ ਗੱਲ ਦੱਸੋ ਅੰਕਲ ਜੀ ਕਹਿ ਲਾ ਬਈ ਤੁਸੀਂ ਰਾਤ ਨੂੰ ਕਿਥੋਂ ਮੈਂ ਕਿਹਾ ਮੇਰੀ ਬੱਸ ਨਿਕਲੀ ਅੰਕਲ ਜੀ ਮੈਂ ਪੇਪਰ ਦੇਣ ਗਈ ਸੀ ਬੈਂਕ ਦਾ ਪੇਪਰ ਦੇਣ ਗਈ ਸੀ ਮੈਂ ਉੱਥੇ ਲੇਟ ਹੋ ਗਈ ਮੇਰੀ ਬੱਸ ਨਿਕਲ ਗਈ ਅੰਕਲ ਜੀ ਅੱਛਾ ਅੱਛਾ ਬੇਟੇ ਰਾਤ ਨੂੰ ਨਹੀਂ ਆਈਦਾ ਹੁੰਦਾ ਐਦਾਂ ਐਦਾਂ ਗੱਲਾਂ ਕਰਦੇ ਨੇ ਪਿੱਛੇ ਇੱਕ ਮੁੰਡਾ ਸਕੂਟਰ ਤੇ ਆ ਗਿਆ ਤੇ ਉਹ ਮੈਨੂੰ ਇੰਨੇ ਗੰਦੇ ਕਮੈਂਟ ਪਾਸ ਕਰੇ ਉਹਨੂੰ ਲੱਗਾ ਮੈਂ ਪਤਾ ਨਹੀਂ ਕਿੱਦਾਂ ਦੀ ਕੌਣ ਹੈਗੀ ਆ ਕਿੱਥੋਂ ਕੀ ਕਰਕੇ ਆਈਆਂ ਮਤਲਬ ਉਹਨੇ ਬੜਾ ਗੰਦੇ ਤਰੀਕੇ ਨਾਲ ਮੈਨੂੰ ਕਮੈਂਟ ਪਾਸ ਕਰਨੀ ਸੀ ਫਿਰ ਤਾਂ ਮੈਂ ਸੌਂਦੀ ਰਹੀ ਕਿਉਂਕਿ ਰਾਤ ਦਾ ਟਾਈਮ ਸੀ ਮੈਨੂੰ ਲੱਗਾ ਕਿ ਐਵੇਂ ਕੀ ਪਤਾ ਕੌਣ ਹੋਊਗਾ ਫਿਰ ਮੈਨੂੰ ਲੱਗਾ ਕਿ ਇਹ ਤਾਂ ਬੋਲਣੇ ਨਹੀਂ ਹਟਦਾ ਪਿਆ ਹੈਗਾ ਫਿਰ ਉਹਨੂੰ ਜਦੋਂ ਮੈਂ ਜਵਾਬ ਨਹੀਂ ਦਿੱਤਾ ਉਹ ਅੱਗੇ ਜਾ ਕੇ ਰਿਕਸ਼ਾ ਵਾਲੇ ਨੂੰ ਕਹਿੰਦਾ ਰੋਕੋ ਮੈਂ ਵੀ ਜਾਣਾ ਤੇ ਉਹ ਕਹਿੰਦਾ 100 ਰੁਪਏ ਲੱਗੂਗਾ ਭਾਜੀ ਤੇ ਮੈਂ ਕਹਾ ਅੰਕਲ ਜੀ ਤੁਸੀਂ ਮੈਨੂੰ ਲੈ ਕੇ ਚੱਲੇ ਨੂੰ ਕਹਿੰਦਾ ਫਿਰ ਕਿਉਂ ਆਜੇ ਇਹ ਵੀ ਚਲੇ ਜਾਊਗਾ ਮੈਂ ਕਹਾ ਨਹੀਂ ਅੰਕਲ ਜੀ ਤੁਸੀਂ ਮੈਨੂੰ ਕੱਲੀ ਨੂੰ ਲੈ ਕੇ ਜਾਓ ਉਹ ਮੁੰਡਾ ਐਸਾ ਘਟਿਆ ਮੈਂ ਅੱਗੇ ਉੱਚੇ ਪੋਲ ਤੋਂ ਜਦੋਂ ਥੋੜਾ ਅੱਗੇ ਗਈ ਰੇਲਵੇ ਸਟੇਸ਼ਨ ਦੇ ਕੋਲ ਤੇ ਉਹਨੇ ਮੈਨੂੰ ਇਹਦਾ ਇਹਦਾ ਹੱਥ ਫੜਿਆ ਤੇ ਮੈਂ ਫਿਰ ਉਹਦੇ ਚਪੇੜ ਮਾਰੀ ਮੂੰਹ ਤੇ ਫਿਰ ਮੈਨੂੰ ਲੱਗਾ ਕਿ ਹੁਣ ਜੋ ਹੁੰਦਾ ਹੋ ਜੇ ਮੈਂ ਇਹਨੂੰ ਛੱਡਣਾ ਨਹੀਂ ਹੈਗਾ ਹੁਣ ਫਿਰ ਮੈਂ ਰਿਕਸ਼ੇ 'ਤੇ ਥੱਲੇ ਹੋਰ ਉਹ ਰਿਕਸ਼ੇ ਵਾਲੇ ਨੇ ਇੱਕ ਵਾਰ ਮੇਰੀ ਹੈਲਪ ਨਹੀਂ ਕੀਤੀ ਜਾਂ ਉਸ ਮੁੰਡੇ ਨੂੰ ਨਹੀਂ ਕੁਛ ਕਿਹਾ ਮੈਂ ਫਿਰ ਉਹਦੇ ਬੜੀਆਂ ਚਪੇੜਾਂ ਮਾਰੀਆਂ ਉਹ ਗੋ ਬਦਮਾਸ਼ ਚੀਜੀ ਕਰਨੇ ਕੋਸ਼ਿਸ਼ ਕੀ ਤੇ ਮੇਰੇ ਹੱਥ ਉੱਤੇ ਗੋਲਿਆਂ ਵਾਲੀ ਰੇੜੀ ਹੀ ਹੋਤੀ ਬੋਤਲ ਆ ਗਈ ਮੇਰੇ ਹੱਥ ਚ ਮੈਂ ਕਿਹਾ ਤੇਰਾ ਹੁਣ ਮੈਂ ਸੇਰ ਪਾੜੂਗੀ ਤੂੰ ਮੈਨੂੰ ਬਗਵਾਸ ਕਰਨਾ ਤੇ ਮੈਂ ਉਹਨੂੰ ਕੁੱਟਿਆ ਤੇ ਇੰਨੇ ਨੂੰ ਨਾ ਪੁੱਛੇ ਪੁਲਿਸ ਦੀ ਗੱਡੀ ਆ ਗਈ ਤੇ ਪੁਲਿਸ ਦੀ ਗੱਡੀ ਆ ਗਈ ਤੇ ਉਹ ਅੰਕਲ ਜੀ ਨਿਕਲੇ ਇੱਕ ਥਾਣੇਦਾਰ ਬੜੇ ਮਤਲਬ ਬਜ਼ੁਰਗ ਜੇ ਕਹਿੰਦੇ ਬਟੇ ਕੀ ਹੋਇਆ ਤੇ ਮੈਂ ਡਰ ਗਈ ਮੈਂ ਕਹੀ ਹੁਣ ਪੁਲਿਸ ਵਾਲੇ ਆ ਗਏ ਹੁਣ ਮੈਨੂੰ ਵੀ ਪਤਾ ਨਹੀਂ ਕੀ ਕਹੋਗੇ ਤੇ ਕਹਿੰਦੇ ਤੂੰ ਕੌਣ ਹੈ ਤੂੰ ਕੀ ਕਹਦਾ ਕਹਿੰਦਾ ਇਹ ਮੇਰੀ ਪੈਣ ਦੀ ਸੇਲੀਆ ਇਹ ਕਹਿੰਦਾ ਮੇਰੀ ਭੈਣ ਦੀ ਸੇਲੀਆ ਇਹਨੂੰ ਮੈਂ ਕਹਿੰਦਾ ਅੱਧੀ ਰਾਤ ਨੂੰ ਤੂੰ ਘਰ ਚਲੀ ਸਾਡੇ ਘਰ ਚਲੇ ਮੰਨਦੀ ਨਹੀਂ ਕਹਿੰਦਾ ਤੈਨੂੰ ਦੱਸਦੇ ਹਾਂ ਤੈਨੂੰ ਉੱਚੇ ਭੋਲ ਤੋਂ ਵਾਚ ਕਰਦੇ ਹਾਂ ਤੂੰ ਕੁੜੀ ਨੂੰ ਤੰਗ ਕਰਦਾ ਜਾਣ ਕੇ ਗੱਡੀ ਪਿੱਛੇ ਹੌਲੀ ਕੀਤੀ ਹੋਈ ਸੀ ਤੈਨੂੰ ਦੱਸਦੇ ਉਹਦੇ ਅੰਕਲ ਜੀ ਕਹਿੰਦੇ ਮਾਰਾ ਦੇ ਚਪੇੜਾ ਮੈਂ ਕਹਾਂ ਮਾਰੋ ਅੰਕਲ ਜੀ ਕਹਿੰਦੇ ਤੂੰ ਹੀ ਮਾਰੇ ਦੇ ਆ ਕੇ ਮੈਂ ਕਿਹਾ ਚਪੇੜਾ ਆਪਣੀ ਰੀਜ ਲਈ ਚੰਗੀ ਤੇ ਬਚਾਰੇ ਦਾ ਪਟਕਾ ਪੁਟਕਾ ਖੁੱਲ ਗਿਆ ਉਹਦੇ ਚਪੇੜਾ ਚਪੂਣਾ ਚੰਗੀਆਂ ਪਈਆਂ ਤੇ ਫਿਰ ਕਹਿੰਦੇ ਮਾਫੀ ਮੰਗੇ ਤੂੰ ਫਿਰ ਉਹਨੇ ਮੈਨੂੰ ਤਾਂ ਮਾਫੀ ਮੰਗੀ ਸੌਰੀ ਸੌਰੀ ਪੈਂਜੀ ਸੌਰੀ ਪੈਂਜੀ ਚਲੋ ਜਾਣ ਦਿੱਤਾ ਉਹਨੂੰ ਤੇ ਅੰਕਲ ਜੀ ਕਹਿੰਦੇ ਇਹਨੂੰ ਇੱਦਾਂ ਫੜ ਕੇ ਉਹਨੂੰ ਕਹਿੰਦੇ ਇਹਦੇ ਖਿਲਾਫ ਨਾ ਐਫ ਆਈ ਆਰ ਕਰਦੇ ਆ ਚੱਲ ਤੇਰੇ ਘਰ ਚੱਲਦੇ ਤੇਰੇ ਡੈਡੀ ਨੂੰ ਮੈਂ ਕੰਗਰਾ ਨਾ ਪੰਗਰਾ ਪਾਦਿਆ ਮੇਰੇ ਛਿੱਤਰ ਬਹੁਤ ਪੈਂਦੇ ਆ ਕਹਿੰਦੇ ਕਿਉਂ ਮੈਂ ਕਿਹਾ ਅੰਕਲ ਜੀ ਮੈਂ ਕਿਉਂ ਹੁਣ ਇਹਨਾਂ ਨੂੰ ਮੈਂ ਕੀ ਹਿੱਸਾ ਵੀ ਮੈਂ ਗਾਣਾ ਕਰਕੇ ਆਈ ਉੱਥੇ ਮੈਂ ਕਹਾਂ ਅੰਕਲ ਜੀ ਮੈਂ ਪੇਪਰ ਦੇਣ ਗਈ ਸੀ ਤੇ ਪੇਪਰ ਦੇਣਗੇ ਤੇ ਮੈਂ ਲੇਟ ਕਰ ਦੇਗਾ ਬੇਟੇ ਅਸਵੇਲੇ ਕਿਹੜਾ ਪੇਪਰ ਹੁੰਦਾ ਮੈਂ ਕਹਿੰਦਾ ਨਹੀਂ ਅੰਕਲ ਜੀ ਚੰਡੀਗੜ੍ਹ ਗਈ ਸੀ ਨਾ ਤੇ ਉਹ ਤਾਂ ਕਰਕੇ ਫਿਰ ਮੈਂ ਲੇਟ ਹੋ ਗਈ ਉੱਥੇ ਮੇਰੀ বাস ਨਿਕਲ ਗਈ ਕਿ ਮੈਂ ਲੇਟ ਹੋ ਗਈ ਤਾਂ ਅੱਛਾ ਅੱਛਾ ਬੇਟੇ ਫਿਰ ਅਸੀਂ ਤੈਨੂੰ ਨਾ ਛੱਡ ਕੇ ਆਉਣੇ ਘਰ ਤੱਕ ਫਿਰ ਖੱਲੀ ਨੇ ਨਹੀਂ ਜਾਣਾ ਹੈਗਾ ਮੈਂ ਕਹਾ ਹੈ ਹੁਣੇ ਕਰ ਗਏ ਤੇ ਘਰ ਦੇ ਨੇ ਕਹਿੰਦਾ ਲਓ ਹੁਣ ਪੁਲਿਸ ਵੀ ਛੱਡਣ ਆ ਗਈ ਕੋੜੀ ਨੂੰ ਹੈ ਪਹਿਲਾਂ ਤਾਂ ਮੁੰਡਾ ਹੀ ਛੱਡਣਾ ਆਉਂਦੇ ਸੀ ਹੁਣ ਪੁਲਿਸ ਵੀ ਛੱਡਣ ਆ ਗਈ ਹੈ ਫਿਰ ਮੈਂ ਕਹਾ ਨਹੀਂ ਅੰਕਲ ਜੀ ਮੈਂ ਚਲੇ ਜਾਣਾ ਮਤਲਬ ਰਿਕਸ਼ੀ ਵਾਲਾ ਨੂੰ ਅੰਕਲ ਜੀ ਨੇ ਕਿਹਾ ਤੇ ਉਹ ਫਿਰ ਧਿਆਨ ਮਤਲਬ ਮੈਨੂੰ ਘਰੇ ਛੱਡ ਕੇ ਗਿਆ ਤੇ ਉਹ ਮੇਰੀ ਕੌੜੀ ਕੌੜੀ ਵੀ ਆ ਤੇ ਮਿੱਠੀ ਵੀ ਆ ਮਤਲਬ ਮੈਨੂੰ ਤਾਂ ਲੱਗਾ ਕਿ ਹਾਂ ਯਾਰ ਮੇਰੇ ਚ ਮੈਂ ਬੜੀ ਬਰੇਵ ਸੀਗੀ ਕਿ ਮੈਂ ਖੜੀ ਹੋ ਕੇ ਆਪ ਮੁਕਾਬਲਾ ਕੀਤਾ ਉਹਨੂੰ ਕੌੜੀ ਵੀ ਕਹਸੇ ਤੇ ਕਿ ਉਹਨੂੰ ਕੀ ਲੱਗਾ ਮੇਰੇ ਚ ਕਿ ਉਹ ਮੈਨੂੰ ਇੰਨਾ ਗਲਤ ਬੋਲਣ ਲੱਗ ਪਿਆ ਕਿ ਰਾਤ ਨੂੰ ਜੇ ਕੋਈ ਵਿਚਾਰੀ ਕੋਈ ਕਿਸੇ ਪਰੇਸ਼ਾਨੀ ਚ ਕੋ ਕੁੜੀ ਹੋਵੇ ਉਹਨੂੰ ਤੁਸੀਂ ਗਲਤ ਥੋੜੀ ਸਮਝ ਲੂਗੇ ਉਹ ਚੀਜ਼ ਮੈਨੂੰ ਬਹੁਤ ਦੁਖੀ ਕੀਤੀ ਮੈਂ ਕਾਫੀ ਟਾਈਮ ਕਈ ਵਾਰ ਕੱਲੀ ਬੈਠਾ ਤੇ ਮੈਂ ਸੋਚਦੀ ਨਹੀਂ ਕਿ ਕਿੱਦਾਂ ਕਿਦਾਂ ਦਾ ਟਾਈਮ ਗੁਜ਼ਾਰ ਰਿਹਾ ਅ ਮਨਤ ਜਿਹੜੀ ਹੈਗੀ ਹੈ ਜੀ ਵੇਖੋ ਇੱਕ ਤੇ ਮਾਡਲ ਵੀ ਹੈ ਦੂਸਰੀ ਸਿੰਗਰ ਵੀ ਹੈ ਔਰ ਬਹੁਤ ਅੱਛੀ ਅਦਾਕਾਰਾ ਵੀ ਹੈ ਔਰ ਹੁਣ ਤੱਕ ਜਿਹੜਾ ਫਿਲਮੀ ਸਫਰ ਤੁਹਾਡਾ ਕਿਸੇ ਦਾ ਰਿਹਾ ਔਰ ਕੋਈ ਫਿਲਮ ਦਾ ਇਸੋਂ ਦਾ ਇੱਕ ਡਾਇਲੋਗ ਅਸੀਂ ਵੀ ਕਵਾਂਗੇ ਕਿ ਦਰਸ਼ਕ ਵੀ ਸੁਣਨ ਕਿ ਵਾਕੇ ਹੀ ਉਸ ਫਿਲਮ ਦੇ ਵਿੱਚ ਮਨਤ ਦਾ ਜਿਹੜਾ ਡਾਇਲੋਗ ਸੀ ਉਹ ਬਹੁਤ ਉਹਨੂੰ ਕਹਿੰਦੇ ਕਿ ਤਮਾਕੇਦਾਰ ਸੀ ਰੋਸ਼ਨ ਪ੍ਰਿੰਸ ਦੀ ਫਿਲਮ ਕੀਤੀ ਸੀਗੀ ਮੈਂ ਤੇਰੀ ਤੂੰ ਮੇਰਾ ਮੈਂ ਸੀਗੀ ਅਨੀਤਾ ਦੇਵਗਨ ਮੈਂ ਨੌ ਬਣੀ ਹੋਈ ਸੀ ਉਹ ਮੇਰੇ ਸੱਸ ਬਣੀ ਸੀ ਉਹਨਾਂ ਦਾ ਡਾਇਲੋਗ ਮੈਂ ਤੁਹਾਨੂੰ ਸੁਣਾ ਦਿੰਨੀ ਉਹ ਜੋ ਮੈਂ ਆਉਣੀ ਕਿ ਮੈਂ ਬਾਲਟੀ ਚੱਕ ਕੇ ਆਉਂਦੀ ਪਈ ਆ ਮੈਂ ਬੜੀ ਸੜੀ ਜੀ ਮਤਲਬ ਕੁਰਖਤ ਜੀ ਲੇਡੀ ਬਣਾਈ ਹੋਈ ਆ ਮੈਂ ਬਾਲਟੀ ਛੱਡ ਦਿੱਤੀ ਤੇ ਉਹ ਮੈਡਮ ਮੈਨੂੰ ਕਹਿੰਦੇ ਸੱਸ ਮੇਰੀ ਕੀ ਧਿਆਨ ਨਾ ਰੱਖੇ ਨੂੰ ਤੇਰੇ ਪਿਓ ਨੇ ਦਾਤ ਚ ਨਹੀਂ ਦਿੱਤੀ ਤੇ ਉਹ ਗੋ ਮੈਂ ਫਿਰ ਜਵਾਬ ਦਿੰਨੀ ਕਿ ਮੈਂ ਤਾਂ ਦਿੱਤੀ ਸੀ ਨਾ ਮੇਰੀ ਮਾਂ ਨੇ ਉਹ ਤਾਂ ਸਾਮਕੇ ਰੱਖੀ ਨਹੀਂ ਜਾਂਦੀ ਤੇ ਰਖਣਾ ਇਹ ਉਹਦਾ ਡਾਇਲੌਗ ਨਾ ਬਹੁਤ ਜ਼ਿਆਦਾ ਹਿੱਟ ਵੀ ਹੋਇਆ ਹੈ ਤੇ ਟਿਕਟੌਕ ਵੀ ਬਹੁਤ ਬਣੇ ਔਰ ਹੁਣ ਵੀ ਕਈ ਵਾਰੀ ਰਸਤੇ 'ਚ ਕੋਈ ਮਿਲ ਜਵੇ ਤੇ ਉਹ ਕੋਈ ਚੀਜ਼ ਐਦਾ ਫੜੀ ਹੋਈ ਹੋਵੇ ਧਿਆਨ ਨਾ ਹੜੇ ਨੂੰ ਤੇਰੇ ਫੇ ਉਹਨੇ ਦਾ ਚ ਨਹੀਂ ਸੀ ਦਿੱਤੀ ਤੇ ਉਹ ਫਿਲਮੀ ਸਫਰ ਐਦਾ ਨਾ ਕਿ ਜ਼ਿਆਦਾ ਫਿਲਮਾਂ ਨਹੀਂ ਕੀਤੀਆਂ ਬਟ ਜਿੰਨੀਆਂ ਵੀ ਕੀਤੀਆਂ ਉਹ 'ਚ ਅੱਛੇ ਕੈਰੈਕਟਰ ਕੀਤੇ ਆ ਤੇ ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਕੈਰੈਕਟਰ ਲੱਗਾ ਉਹ ਮੈਂ ਮਹਿੰਦੀ ਵੱਡੇ ਹੱਥ ਫਿਲਮ ਕੀਤੀ ਸੀਗੀ ਆਈ ਥਿੰਕ ਦੋਸ ਆ ਸੱਤ ਜਾਂ ਅੱਠ ਚ ਫਿਲਮਾਂ ਕੀਤੀ ਸੀ ਉਹ ਮਹਿੰਦੀ ਵਾਲੇ ਹੱਥ ਕੀਤੀ ਸੀ ਫਿਰ ਉਸ ਤੋਂ ਬਾਅਦ ਅਰਸ਼ੋ ਮੂਵੀ ਕੀਤੀ ਸੀ ਜਿੱਥੇ ਮੇਰਾ ਮੇਨ ਕੈਰੈਕਟਰ ਸੀਗਾ ਇੱਕ ਸਿੰਗਰ ਦਾ ਕੈਰੈਕਟਰ ਸੀ ਜਿਹੜੀ ਸ਼ਰਾਬ ਪੀਂਦੀ ਆ ਉਹ ਕੈਰੈਕਟਰ ਮੈਨੂੰ ਬਹੁਤ ਪਸੰਦ ਸੀਗਾ ਫਿਰ ਉਸ ਤੋਂ ਬਾਅਦ ਕਾਫੀ ਸਾਰੀਆਂ ਫਿਲਮਾਂ ਕੀਤੀਆਂ ਵਿਸਾਖੀ ਲਿਸਟ ਕੀਤੀ ਬੈਂਡ ਵਾਜਿਆ ਰੀਸੈਂਟਲੀ ਜਿਹੜੀ ਕੀਤੀ ਬੈਂਡ ਵਾਜੇ ਕੀਤੀ ਔਰ ਉਸ ਤੋਂ ਇਲਾਵਾ ਛੋਟੇ-ਛੋਟਿਆਂ ਦੇ ਬਹੁਤ ਸਾਰੇ ਪੱਲਾ ਸਾਹਿਬ ਨਾ ਗੁਰਪ੍ਰੀ ਕੋ ਗੀਣਾ ਬਹੁਤ ਸਾਰੀਆਂ ਕੀਤੀਆਂ ਤੇ ਮੈਂ ਤੇ ਹਰ ਚੀਜ਼ ਨੂੰ ਇੰਜੋਏ ਕਰਦੀ ਮੈਂ ਹੁਣ ਇਹ ਚੀਜ਼ਾਂ ਸੋਚਣੀ ਛੱਡ ਦਿੱਤੀਆਂ ਕਿ ਆ چھوٹਾ ਰੋਲਾ ਹੈ ਜਾਂ ਵੱਡਾ ਰੋਲਾ ਮੈਂ ਰੋਲ ਵਧੀਆ ਕਰੋ ਬਸ ਤੁਸੀਂ ਜੋ ਵੀ ਕਰ ਰਹੇ ਹੋ ਵਧੀਆ ਕਰੋ ਮੈਂ ਹੁਣ ਇਹ ਬੋਲੀ ਹੌਲੀ ਬਾਬਾ ਜਿਹੜਾ ਮੈਨੂੰ ਹੁਣ ਯਾਦ ਆ ਗਿਆ ਮੈਂ ਇੱਕ ਵਾਰੀ ਇੱਥੇ ਆਰਟੀਕਲ ਇੱਥੇ ਕੋਈ ਇੰਟਰਵਿਊ ਸੁਣੀ ਵੀ ਹੋਈ ਆ ਤੇ ਮੈਂ ਇਹ ਕਹਿਣਾ ਚਾਹੁੰਦੀ ਕਿ ਇਹਨੂੰ ਸਬਸਕ੍ਰਾਈਬ ਕਰੋ ਤੇ ਮੇਰੇ ਇੰਟਰਵਿਊ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲੋਕਾਂ ਨੂੰ ਭੇਜੋ ਤੇ ਜੋ ਵੀ ਮੈਂ ਕਹਿ ਰਹੀ ਹਾਂ ਉਹਨੂੰ ਚੰਗੀ ਤਰ੍ਹਾਂ ਸੁਣੋ ਤੇ ਇਹਨੂੰ ਬਹੁਤ ਸਾਰਾ ਪਿਆਰ ਦਿਓ ਇਸ ਚੈਨਲ ਨੂੰ ਤੇ ਦੂਸਰਾ ਮੈਂ ਸਾਰੀਆਂ ਕੁੜੀਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਕੰਮ ਕਰਦੇ ਹੋ ਉਹਨੂੰ ਜ਼ਰੂਰ ਸਿੱਖੋ ਔਰ ਕੋਈ ਵੀ ਕੰਮ ਮਾੜਾ ਜਾਂ ਚੰਗਾ ਨਹੀਂ ਹੁੰਦਾ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੋ ਤੁਸੀਂ ਕਿਸ ਕਿਸ ਡੈਡੀਕੇਸ਼ਨ ਨਾਲ ਕੰਮ ਕਰਦੇ ਹੋ ਇਹ ਬਹੁਤ ਜ਼ਰੂਰੀ ਹੈ ਤੇ ਛੋਟਾ ਵੀ ਰੋਲ ਮਿਲੇ ਉਹਨੂੰ ਵੀ ਵਧੀਆ ਤਰੀਕੇ ਨਾਲ ਕਰ ਦਿਓ ਤੇ ਇਹ ਐਕਟਿੰਗ ਨੂੰ ਐਕਟਿੰਗ ਨਾ ਕਰੋ ਐਦਾਂ ਰੋਲ ਕਰੋ ਕਿ ਨੈਚੁਰਲੀ ਲਗੇ ਲੋਕਾਂ ਨੂੰ ਲਗੇ ਹੈ ਹੀ ਐਦਾਂ ਦੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਜਿੰਨੀਆਂ ਵੀ ਕੁੜੀਆਂ ਇਸ ਫੀਲਡ 'ਚ ਆਉਣੀਆਂ ਚਾਹੁੰਦੀਆਂ ਜਰੂਰ ਆਓ ਪਰ ਇਹਨੂੰ ਸਿੱਖ ਕੇ ਜਰੂਰ ਆਓ ਇਹਦੇ ਬਾਰੇ ਚੰਗੀ ਤਰ੍ਹਾਂ ਨੌਲੇਜ ਲੈ ਕੇ ਆ ਤਾਂ ਕਿ ਤੁਹਾਡਾ ਕੋਈ ਨਜਾਇਜ਼ ਫਾਇਦਾ ਨਾ ਉਠਾ ਸਕੇ ਤੇ ਵੈਸੇ ਵੀ ਅੱਜ ਕੱਲ ਤਾਂ ਬਹੁਤ ਕੁੜੀਆਂ ਸਿਆਣੀਆਂ ਹੈਗੀਆਂ ਅਸੀਂ ਤਾਂ ਬਹੁਤ ਦੇਸੀ ਸੀਗੇ ਅੱਜ ਕੱਲ ਤਾਂ ਬਹੁਤ ਜ਼ਿਆਦਾ ਸਿਆਣੀਆਂ ਕੁੜੀਆਂ ਨੇ ਸਾਰਾ ਕੁਝ ਬਤਾਈ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਬਹੁਤ ਬਹੁਤ ਸ਼ੁਕਰੀਆ ਮਨਜੀ ਇਹਨਾ ਟਾਈਮ ਦੇਣ ਵਾਸਤੇ ਵੀ ਔਰ ਅਸੀਂ ਵੀ ਉਸ ਪਰਮਾਤਮਾ ਕੋ ਅਰਦਾਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਔਰ ਪਰਿਵਾਰ ਦੇ ਵਿੱਚ ਖੁਸ਼ ਰਹੋ ਔਰ ਬਹੁਤ ਬਹੁਤ ਸ਼ੁਕਰੀਆ ਜੀ ਇਹ ਸਨ ਮਨਜੀ ਮਨਜੀ ਨੇ ਆਪਣੀ ਜਿਹੜੀ ਇਹ ਲਾਈਫ ਖਾਸ ਕਰਕੇ ਇੰਡਸਟਰੀ ਦੇ ਵਿੱਚ ਸ਼ੁਰੂ ਕੀਤੀ ਸੀ ਉਸ ਬਾਰੇ ਸਾਰਿਆਂ ਨੂੰ ਦੱਸਿਆ ਔਰ ਅਸੀਂ ਬਹੁਤ ਸਾਰਾ ਜਿਹੜਾ ਮੈਸੇਜ ਹੈ ਉਹ ਵੀ ਇੱਕ ਮਨ ਉਸ ਨੇ ਖਾਸ ਕਰਕੇ ਉਹਨਾਂ ਕੁੜੀਆਂ ਨੂੰ ਵੀ ਦਿੱਤਾ ਹੈ ਕਿ ਕੁੜੀਆਂ ਵੀ ਜਿਹੜੀਆਂ ਹੈਗੀਆਂ ਆਪਣੇ ਆਪ ਨੂੰ ਬਿਲਕੁਲ ਆਪਣੇ ਜੋ ਵੀ ਕਰਨਾ ਉਹਦੇ ਵਿੱਚ ਕੁਝ ਸਿੱਖ ਕੇ ਜਾਣ ਤਾਂ ਜੋ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਤਾਂ ਅਸੀਂ ਹੁਣ ਤੁਹਾਡੇ ਕੋਲ ਲੈਨੇ ਆ ਇਜਾਜ਼ਤ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਚੱਕੀਜ਼ ਦੇ ਨਾਲ ਅਸੀਂ ਤੁਹਾਨੂੰ ਜ਼ਰੂਰ ਮਿਲਾਵਾਂਗੇ ਕੈਮਰਾਮੈਨ ਅਨਿਲ ਦੇ ਨਾਲ ਸਵਿੰਦਰ ਸਿੰਘ ਬੋਲੀਹੋਲੀ ਬਾਬਾ ਅਮਰਸਰ